सरकार है जिहड़ी एजुकेशन भी खेती भी और हेल्थ न भी जिहड़ा बराबर रख के चल रही है क्योंकि पंजाब के लोगों का ख्याल है। की है सोशल मीडिया से जो मर्जी कहे जाओ ट्वीट मैनेजर है जिहड़ा वह तो ट्वीट कर नहीं जाना उन्हें तकलीफ है वह जाके सारा कढ़ा लवे भी लीगल तरीके हो गलबात उन्होंने रखे हुए ने उन्हों सारा कुछ है असी सिर्फ फाइल पुट अप कराई हो कुछ देखता लैन भी की 2 लाख तनखा हैगी है। एंथीसिया की डॉक्टर है समझ लो गल एंथीसिया साढ़े पहले पहले डॉक्टर दिन पहला डॉक्टर ज्वाइन कर 2 लाख डेली पोस्ट पंजाबी देख रहे हो चेतन सिंह चौड़ामाजा साहब किवें देखते हो अज दे बजट नूं बजट पेश होया नहीं बजट है जिहड़ा टैक्स कोई वाधू टैक्स नहीं लाया गया आम लोगों का बजट है आम पब्लिक के हित का जिहड़ा बजट है खेती वास्ते चंगा बजट है और आम पब्लिक लई चंगा है और उहदे नाल ही एजुकेशन लई चंगा वाधे का बजट है पिछले साल नालों 26% के आस पास है जिहड़ा एजुकेशन ते जिहड़ा हैगा वध जिहड़ा बजट रखा गया। सो मैनू लगता पहली सरकार है जिहड़ी एजुकेशन नूं भी खेती नूं भी और हेल्थ नूं भी जिहड़ा बराबर रख के चल रही है क्योंकि पंजाब के लोगों का ख्याल है। कांग्रेस कहती है कि बिल्कुल बोगस बजट है यह बिल्कुल उवें ही जिवें पहलियां सरकारां पेश करदियां कुछ खास तो है नहीं खास तौर पर वह कह रहे हैं कि जिवें माइनिंग नूं लैके कहा सी कि 20,000 करोड़ रुपये का वाधा असीं करांगे उत्थों असीं कलैक्ट करांगे सिर्फ 122 करोड़ रुपया हुण तक आया कहिंदे सिर्फ गल्लां ने माइनिंग वड्डा मुद्दा जे देखा जाए माइनिंग चों केजरीवाल साहब ने बहुत पैसों की गल कही नहीं देखो 5.5 रुपये असी रेता जिहड़ा आम लोगों को उतो खड्डा तो दे रहे जिदे नाल तुसीं देखो आम कोई घर बनाउणा कितना मुश्किल हो रहा सी उह लोगों नूं फायदा होया जिथे रेवन्यू की गल है तुसीं देखो पहली बारी होया कि GST चो चंगा और जिहड़ा अबकारी चो चंगा 45% के आसपास जिहड़ा उह तो कुल मिला के जे कहीए ਚੰਗਾ ਬਸਟ ਆਮ ਪਬਲਿਕ ਦੇ ਹਿੱਤ ਦਾ ਬਸਟ ਹੈ ਜਿਹੜਾ ਉਹ ਪੇਸ਼ ਕੀਤਾ ਕਹਿੰਦੇ ਕਹਿੰਦੇ ਕਿ 7 ਪੈਸੇ ਰੱਖਿਆ ਖੇਤੀਬਾੜੀ ਲਈ ਕਹਿੰਦੇ ਪੰਜਾਬ ਦੇ ਵਿੱਚ ਖੇਤੀਬਾੜੀ ਸਭ ਤੋਂ ਵੱਧ ਹੈ ਸਿਰਫ 7 ਪੈਸੇ ਹਿੱਸਾ ਰੱਖਿਆ ਉਹ ਵੀ 4,000 ਕਰੋੜ ਰੁਪਇਆ ਬਚਦਾ ਸਿਰਫ ਜੇ 9,000 ਕਰੋੜ ਰੁਪਇਆ PSPCL ਦੀ ਸਬਸਿਡੀ ਵੱਧ ਦੀਏ ਨਹੀਂ ਇਹੋ ਜੀ ਕੋਈ ਗੱਲ ਨਹੀਂ ਹੈ ਅਸੀਂ ਖੇਤ ਕਿਉਂਕਿ ਪੰਜਾਬ ਤਾਂ ਹੀ ਖੇਤੀ ਦੇ ਆਧਾਰ ਤਾਂ ਸੋ ਅਸੀਂ ਕਹਿੰਦੇ ਬਜਟ ਦੇ ਵਿੱਚ ਉਹ ਨਹੀਂ ਖਾਸ ਪ੍ਰੋਵੀਜ਼ਨ ਨਹੀਂ ਨਾ ਦਿੱਤੀ ਗਈ ਪਿਛਲੀਆਂ ਸਰਕਾਰਾਂ ਕਿੰਨੀ ਪ੍ਰੋਵੀਜ਼ਨ ਰੱਖਦੇ ਸੀ ਪਿਛਲੇ ਨਹੀਂ ਦੇਖਿਆ ਜਾਵੇ ਨਵਾਂ ਕੀ ਹੈ ਪਿਛਲੇ ਉਹਦੇ ਨਾਲ ਤਾਂ ਵਧਾ ਕੇ ਬਸਟ ਪੇਸ਼ ਹੋਇਆ वो फायदा तो होना ही है आखिर देखो सारा वह जो कुल बजट पेश होया वह सारा लेखा जोखा करके जो कढ़िया जाना सो एजुकेशन से किन्ना किन्ने परसेंट वाधे का होया तुसीं थोड़े सामने आ भी पहले किसी ने इन्ना वाधे का बजट जो पेश किया क्योंकि असी एजुकेशन से हेल्थ से खेती से ਸਾਰਿਆਂ ਤੇ ਫੋਕਸ ਕਰਕੇ ਚੱਲ ਰਿਹਾ ਤਾਂ ਕਿ ਆਮ ਪਬਲਿਕ ਨੂੰ ਜਿਹੜਾ ਇਹਦਾ ਫਾਇਦਾ ਹੋ ਸਕੇ ਉਹ ਕਹਿੰਦੇ ਅਸੀਂ 5 ਸਾਲਾਂ ਦੇ ਵਿੱਚ ਸਿਰਫ 77000 ਕਰੋੜ ਰੁਪਇਆ ਕਰਜ਼ਾ ਲਿਆ ਸੀ ਔਰ ਇਹਨਾਂ ਕਹਿੰਦੇ ਵੀ ਤੁਸੀਂ ਕਿ 40000 ਕਰੋੜ ਰੁਪਇਆ ਲਿਆ ਔਰ ਇਸ ਸਾਲ ਦੇ ਵਿੱਚ 35000 ਹੋਰ ਲੈਣ ਦੀ ਪ੍ਰੋਵੀਜ਼ਨ ਰੱਖਦੀ ਕਹਿੰਦੇ 60000 ਕਰੋੜ ਰੁਪਇਆ ਇਹਨਾਂ ਨੇ 1.5 ਸਾਲ 'ਚ ਹੀ ਲੈ ਲਿਆ ਜੇ 5 ਸਾਲ ਰਹਿ ਗਏ 2 ਲੱਖ ਕਰੋੜ ਤੋਂ ਵੱਧ ਕਰਜ਼ਾ ਲੈਣਗੇ ਜਦੋਂ 4.5 ਸਾਲ ਹੋ ਜਾਣਗੇ ਉਦੋਂ ਮੈਂ ਵੀ ਉਰੇ ਹੋਊਂਗਾ ਤੁਸੀਂ ਵੀ ਇੱਥੇ ਹੋਵੋਗੇ ਫਿਰ ਸਾਰਾ ਲੇਖਾ ਜੋਖਾ ਉਦੋਂ ਹੋਣਾ ਕਿ ਹਾਂ ਕਿੰਨਾ ਕਰਜ਼ਾ ਲਿਆ ਕਿੰਨਾ ਲੇਖਾ ਇਹ ਜਿਹੜਾ ਮਦਰਾ ਸਾਹਿਬ ਵਿਉਂਤਬੰਦੀ ਤਾਂ ਕੁਝ ਹੁੰਦੀ ਹੋਣਾ ਹੁਣ ਵੀ ਜੇ ਦੇਖਿਆ ਜਾਵੇ ਕਹਿੰਦੇ 11 ਮਹੀਨੇ 'ਚ 35-40000 ਕਰੋੜ ਲੈ ਲਿਆ ਕਾਂਗਰਸ ਕਹਿ ਰਹੀ ਹੈ ਅਸੀਂ ਤਾਂ ਉਹਨਾਂ ਦੇ ਜਿਹੜੇ ਪੱਟੇ ਹੋਏ ਖੂਹ ਨੇ ਉਹ ਬੰਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਖੂਹ ਹੀ ਅੱਡੇ ਅੱਡੇ ਪੱਟੇ ਸੀ ਜਿਨ੍ਹਾਂ ਨੂੰ ਬੰਦ ਕਰਨ ਦੇ ਸਾਡੇ ਨਾਲ ਵੱਡੇ ਖੂਹ ਪੱਟ ਰਹੇ ਨੇ ਕੁਝ ਨਹੀਂ ਐਸਾ ਕੁਝ ਨਹੀਂ ਹੋਊਗਾ ਜਦੋਂ 4.5 ਸਾਲ ਹੋਗੇ ਫਿਰ ਆਪਾਂ ਦੁਬਾਰੇ ਫਿਰ ਇਕੱਠੇ ਹੋਵਾਂਗੇ ਫਿਰ ਆਪਾਂ ਗੱਲ ਕੁਜਿੰਦਰ ਰਧਾਵਾ ਨੂੰ ਮੈਂ ਸਵਾਲ ਪੁੱਛਿਆ ਮੈਂ ਕਿਹਾ ਕਹਿੰਦੇ ਆ ਤੁਹਾਡੇ ਚੁਗੇ ਹੋਏ ਬੀਜੇ ਹੋਏ ਕੰਡੇ ਚੁਗ ਰਹੇ ਆ ਉਹ ਕਹਿੰਦੇ ਕਿੰਨੀ ਕਿ ਦੇਰ ਚੁਗਣੇ ਆ ਕੁਝ ਸਮਾਂ ਦੱਸ ਦਿਓ ਨਹੀਂ ਜਲਦੀ ਅਗਲਾ ਆ ਸਾਲ ਤੁਸੀਂ ਦੇਖੋ ਇਸ ਸਾਲ 'ਚ ਹਰ ਇੱਕ ਕੋਚ ਜਿਹੜਾ ਹੈਗਾ ਫੀਲਡ 'ਚ ਅਸੀਂ ਕੰਮ ਕਰਨਾ ਚੰਗੇ ਤਰੀਕੇ ਨਾਲ ਜਿਵੇਂ ਪਿਛਲੇ ਸਾਲ ਚੰਗੇ ਤਰੀਕੇ ਨਾਲ ਕੰਮ ਹੋਇਆ ਇਹ 'ਚ ਹੋਰ ਵਧੀਆ ਤਰੀਕੇ ਨਾਲ ਕੰਮ ਹੋਊਗਾ GST 'ਚ ਵੀ ਵਧੂਗਾ ਅਬਕਾਰੀ 'ਚ ਵੀ ਵਧਣਾ ਸਾਰੇ ਪਾਸੇ ਜਿਹੜਾ ਰੈਵਨਿਊ ਚੰਗਾ ਇਕੱਠਾ ਹੋਣਾ ਸੋ ਇਸ ਕਰਕੇ ਪੰਜਾਬ ਨੂੰ ਪੈਰਾਂ ਸੁਰ ਕਰਨ ਵਾਸਤੇ ਹਰ ਇੱਕ ਤਰ੍ਹਾਂ ਦਾ ਜਿਹੜਾ ਹਿੱਲਾ ਸਮਾਂ ਹੋਰ ਮੰਗ ਰਹੇ ਹੋ ਬੜੀ ਵਾਇਰਲ ਹੋ ਰਹੀ ਆ ਉਹਦੇ ਵਿੱਚ ਜੜਮਾ ਸਿਰਫ ਜਵਾਬ ਤਾਂ ਦੇ ਦਿਓ ਨਾ ਪਲੀਜ਼ ਜਵਾਬ ਕੀ ਨਹੀਂ ਤੁਸੀਂ ਉਹਦਾ ਦੇਖੋ ਜਾ ਕੇ ਦੇਖੋ ਜੇ ਕੋਈ ਵੀ ਗੱਲ ਗਲਤ ਹੋਵੇ ਤਾਂ ਮੈਨੂੰ ਦੱਸਿਓ ਆ ਕਿ ਕਿਉਂਕਿ
ਇਦਾਂ ਦਾ ਕੋਈ ਕੇਸ ਹੈਗਾ? ਕੁਝ ਸੋਸ਼ਲ ਮੀਡੀਆ ਦਾ ਕੀ ਹੈ? ਸੋਸ਼ਲ ਮੀਡੀਆ ਦਾ ਜੋ ਮਰਜ਼ੀ ਕਹੇ ਜਾਓ, ਟਵੀਟ ਮੈਨੇਜਰ ਹੈ ਜਿਹੜਾ ਉਹ ਤਾਂ ਟਵੀਟ ਕਰਨ ਹੀ ਜਾਣਾ ਹੁਣ ਤਾਂ, ਹੋਰ ਤਾਂ ਕੁਛ ਨਹੀਂ ਹੈ। ਸੋ ਨਾ ਕੋਈ ਇਦਾਂ ਦਾ ਹੈਗਾ, ਨਾ ਵਾਸਤਾ ਕੁਛ ਨਹੀਂ ਹੈ। ਕਲੀਅਰ ਤਾਂ ਕਰ ਦੋ ਨਾ, ਕਿਉਂਕਿ ਜਨਤਾ ਜਵਾਬ ਜਾਣਨਾ ਚਾਹੁੰਦੀ ਹੈ ਵੀਡੀਓ ਦੇ ਰਿਗਾਰਡਿੰਗ। ਨਹੀਂ ਹੈ ਹੀ ਨਹੀਂ ਇਦਾਂ ਦਾ ਕੁਛ, ਹੈ ਹੀ ਨਹੀਂ ਇਦਾਂ। ਉਹ ਕਢਾ ਕੇ ਦੇਖ ਲੈਣ ਸਾਰਾ ਪ੍ਰੋਸੀਜਰ ਕੀ ਹੈ ਉਹਨਾਂ ਦੇ। 2021 ਦਾ ਹੀ ਕੇਸ ਹੈ, 2021 ਵੀ ਕੈਸਾ ਰਹੇ ਨੇ ਕਿ ਅੱਜ 2 ਲੱਖ ਲੈ ਰਹੇ ਨੇ, ਹਾਲਾਂਕਿ ਉਹਨਾਂ ਦੀ ਏਜ ਵੀ ਹੈ ਨਹੀਂ ਸੀ, ਐਲੀਜੀਬਲ ਵੀ ਨਹੀਂ ਸੀ, ਫਿਰ ਵੀ ਕਹਿੰਦੇ ਐਲੀਜੀਬਲ। ਕਿਸੇ ਨੂੰ 2 ਲੱਖ ਮਿਲਦੀ ਹੈ ਤਨਖਾਹ ਪਹਿਲਾਂ ਤੁਸੀਂ ਆਪ ਦੱਸੋ, ਕੋਈ ਕੀ ਕਹਿ ਰਿਹਾ ਉਹਤੇ ਪਹਿਲਾਂ ਸਾਰੇ ਉਹਤੇ ਦੇਖਤਾ ਲੈਣ ਵੀ ਕੀ 2 ਲੱਖ ਤਨਖਾਹ ਹੈਗੀ ਆ। ਐਂਥੀਸੀਆ ਦੀ ਡਾਕਟਰ ਹੈ, ਸਮਝ ਲਓ ਗੱਲ ਨੂੰ, ਐਂਥੀਸੀਆ ਸਾਡੇ ਲਈ ਪਹਿਲੇ ਡਾਕਟਰ ਦੀ ਘਾਟ ਹੈ। ਕਿਹੜਾ ਓਏ, ਇਦਾਂ ਦਾ ਹੈ ਹੀ ਨਹੀਂ ਕੁਝ ਬਿਲਕੁਲ। ਸਾਰੇ ਦੇਖੋ, ਜਿਹਨੂੰ ਤਕਲੀਫ ਹੈ ਉਹ ਜਾ ਕੇ ਸਾਰਾ ਕਢਾ ਲਵੇ ਵੀ ਲੀਗਲ ਤਰੀਕੇ ਨਾਲ ਹੋਇਆ ਕੀ ਹੈ, ਕੀ ਗੱਲਬਾਤ ਆ। ਉਹਨਾਂ ਦੀ ਰੱਖੇ ਹੋਏ ਨੇ, ਉਹਨਾਂ ਦੀ ਸਾਰਾ ਕੁਛ ਹੈ, ਅਸੀਂ ਸਿਰਫ ਫਾਈਲ ਪੁੱਟ ਅਪ ਕਰਾਈ, ਹੋਰ ਕੁਛ। ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾ ਮਾਜਰਾ ਨੇ ਕਹਿੰਦੇ ਕਿ ਸਰਪੱਖੀ ਜਿਹੜਾ ਇਹ ਬਜਟ ਹੈ ਪੇਸ਼ ਕੀਤਾ ਗਿਆ, ਖੇਤੀ ਹੋਵੇ, ਐਜੂਕੇਸ਼ਨ ਹੋਵੇ, ਹੈਲਥ ਹੋਵੇ, ਅਤੇ ਆਪਣੀ ਵਾਇਰਲ ਵੀਡੀਓ 'ਤੇ ਕਹਿੰਦੇ ਕਿ ਬੇਤੁਕੀ ਆ, ਪਹਿਲਾਂ ਇਸ ਤੱਥਾਂ ਦੀ ਜਾਂਚ ਹੋ ਜਾਵੇ। ਕੈਮਰਾਮੈਨ ਜਸ਼ਨ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ, ਪੰਜਾਬੀ।